मांग कर दी है। मैं मेरे पैरों से खो जाओगे, मैं करूंगी। मांग कर दी है। मैं मेरे पैरों से खो जाओगे, मैं करूंगी। इस टाइम खड़े हाँ जीरा दे मोहल्ला मलिया विखे, जिथे बीती रात कुछ अणपछाते लोगों वालों एक घर के दाखिल हो के परिवारक मैंबर से गोलियां चलाईया गई ने। तो ये गोलियां परिवार के नौजवान मुंडे नूं लगियां ने, जिसकी हालत जिहड़ी है स्थिर बनी हुई है। की है सारा मामला, साढ़े नाल परिवारक मैंबर मौजूद ने, उन्हां कोलों जानने की कोशिश करते हैं, उन्हां कोलों पुछते हैं की मामला है और किन्ने जने सी जिन्हां वालों इस घटना नूं अंजाम दिता गया। नया सिंह जी, की नाम है तुहाडा? मेरा नाम गुरपिंदर कौर है। ਤੇ ਕੀ ਵਾਰਦਾਤ ਜਿਹੜੀ ਰਾਤੀ ਹੋਈ ਹੈ ਜੀ? ਰਾਤ ਜਿਹੜੀ ਗੱਲ ਹੋਈ ਆ ਕਿ ਮੇਰੇ ਹਸਬੈਂਡ ਜਦੋਂ ਹਸਪੀਟਲ ਤੋਂ ਵਾਪਸ ਆਏ ਆ ਤੇ ਉਹਨਾਂ ਨੇ ਆਪਦਾ ਚਾਹ ਪਾਣੀ ਪੀਤਾ ਤੇ ਰੈਸਟ ਕਰਦੇ ਪਏ ਸੀ। ਬਾਹਰ ਦਰਵਾਜ਼ਾ ਨੌਕ ਹੋਇਆ, ਉੱਠ ਕੇ ਬਾਹਰ ਗਿਆ। ਪਿੱਛੋਂ ਮੰਮਾ ਨੇ ਵੀ ਆਵਾਜ਼ ਦਿੱਤੀ ਕਿ ਬਾਹਰ ਕੋਈ ਆਇਆ ਤੇ ਜਦੋਂ ਉਹ ਬਾਹਰ ਗਏ ਆ ਤੇ ਮੈਂ ਆਪਣੀ ਗੁੜੀਆ ਨੂੰ ਸੁਲਾ ਰਹੀ ਸੀ ਤੇ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ। ਅਸੀਂ ਦੋਨੋਂ ਉੱਠ ਕੇ ਬਾਹਰ ਭੱਜੇ ਹਾਂ। ਮੇਰੇ ਮਾਮਾ ਸਹੁਰਾ ਜੀ ਵੀ ਆਏ ਹੋਏ ਸੀ, ਉਹ ਵੀ ਬਾਹਰ ਭੱਜੇ ਉੱਠ ਕੇ। ਮੰਮੀ ਪਿੱਛੋਂ ਡਾਂਗ ਲੈਣ ਚਲੇ ਗਏ ਆ, ਸੋਟਾ ਲੈਣ ਚਲੇ ਗਏ ਆ, ਕਿਉਂਕਿ ਉਹਨਾਂ ਦੇ ਇੱਕ ਮੁੰਡਾ ਬਹੁਤ ਜ਼ੋਰ ਨਾਲ ਸੋਟੇ ਮਾਰ ਰਿਹਾ ਸੀ, ਡਾਂਗ ਮਾਰ ਰਿਹਾ ਸੀ। ਅਤੇ ਬਾਅਦ ਵਿੱਚ ਮੰਮੀ ਚਲੇ ਗਏ ਪਿੱਛੋਂ ਸੋਟਾ ਲੈਣ ਅਤੇ ਮੈਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਤੱਕ ਮੈਂ ਪਹੁੰਚੀ, ਮੇਰੇ ਤੋਂ ਪਹਿਲਾਂ ਜਦੋਂ ਅਸੀਂ ਬਾਹਰ ਨਿਕਲੇ ਹਾਂ ਦਰਵਾਜ਼ੇ ਤੋਂ, ਦੋ ਮੁੰਡੇ ਬਾਹਰ ਚਲੇ ਜਾ ਚੁੱਕੇ ਸੀਗੇ ਅਤੇ ਤੀਸਰਾ ਜਿਹੜਾ ਮੁੰਡਾ ਸੀ ਉਹ ਮੇਰੇ ਹਸਬੈਂਡ ਦੇ ਸੋਟੇ ਮਾਰ ਰਿਹਾ ਸੀ। ਔਰ ਸਾਨੂੰ ਦੇਖ ਕੇ ਜਦੋਂ ਮੈਂ ਉਹਨਾਂ ਵੱਲ ਗਈ ਹਾਂ ਤਾਂ ਉਹ ਵੀ ਭੱਜ ਗਿਆ। ਅੱਛਾ, ਜਲਦੀ ਜਲਦੀ 'ਚ ਮੇਰੇ ਮਾਮਾ ਜੀ ਨੇ ਜਿਹੜਾ ਦਰਵਾਜ਼ਾ ਬੰਦ ਕੀਤਾ। ਮੈਂ ਜਦੋਂ ਆਪਣੇ ਹਸਬੈਂਡ ਨੂੰ ਚੱਕਿਆ ਤਾਂ ਮੇਰੇ ਹੱਥਾਂ ਦੇ ਵਿੱਚ ਪੂਰਾ ਖੂਨ ਖੂਨ ਸੀਗਾ। ਉਹਨਾਂ ਦੇ ਸਿਰ ਤੋਂ ਇੰਨਾ ਖੂਨ ਨਿਕਲ ਰਿਹਾ ਸੀ, ਉਹਨਾਂ ਦੇ ਸਿਰ ਦੇ ਵਿੱਚ ਵੀ ਕੋਈ ਸੱਟ ਮਾਰੀ ਕਿਸੇ ਚੀਜ਼ ਦੇ ਨਾਲ, ਚਾਰ ਗੋਲੀਆਂ ਲੱਗੀਆਂ ਨੇ ਉਹਨਾਂ ਦੇ ਸਰੀਰ ਦੇ ਉੱਤੇ ਅਤੇ ਹਜੇ ਵੀ ਉਹਨਾਂ ਦੀ ਹਾਲਤ ਕੋਈ ਠੀਕ ਨਹੀਂ ਹੈਗੀ। ਸਾਨੂੰ ਕੁਛ ਪਤਾ ਨਹੀਂ ਲੱਗਦਾ, ਅਸੀਂ ਦੋਨੋਂ ਘਰ ਆ। ਮੇਰਾ ਵੀਰ ਛੋਟਾ ਉਹ ਗਿਆ ਹੋਇਆ ਵੀਰ ਦੇ ਨਾਲ, ਮੇਰੇ ਹਸਬੈਂਡ ਦੇ ਨਾਲ। ਪਰਮਜੀਤ ਕੌਰ, ਤੇ ਰਾਤੀ ਜਿਹੜੀ ਘਟਨਾ ਹੋਈ ਕੀ ਹੋਇਆ? ਗੱਡੀਆਂ 'ਚ ਆਏ ਨੇ ਦੋ ਜਾਣੇ, ਤਿੰਨ ਜਾਣੇ ਗੱਡੀਆਂ 'ਚ, ਪਤਾ ਨਹੀਂ ਹੋਰ ਕਿੰਨੇ ਜਾਣੇ ਕਿੰਨੇ ਨਹੀਂ ਹੈਗੇ, ਉਹ ਆਈ ਨਹੀਂ ਦੇਖੇ। ਤਿੰਨ ਜਾਣੇ ਆਏ ਨੇ, ਮੈਂ ਆਵਾਜ਼ ਦਿੱਤੀ ਆ ਬੂਹਾ ਖੜ ਕੇ, ਮੈਂ ਮਨਦੀਪ ਬਾਹਰ ਕੋਈ ਆਇਆ, ਮੈਂ ਆਵਾਜ਼ ਦੇ ਕੇ ਉਹਨੇ ਚਿਰ ਨੂੰ ਮੈਂ ਇੱਕ ਪੈਰਾਂ ਦੇ ਅੰਦਰ ਰੱਖਿਆ, ਉਹਨੇ ਚਿਰ ਨੂੰ ਗੋਲੀਆਂ ਦੀ ਆਵਾਜ਼ ਆ ਗਈ। ਮੈਂ ਉਸੇ ਵੇਲੇ ਭੱਜ ਕੇ ਗਾਹ ਹੋਈ ਆ, ਮੈਂ ਮੇਰੇ ਬੇਟੇ ਨੂੰ ਕਾਹਤੋਂ ਮਾਰਨ ਡੇ ਜੇ, ਉਹਨਾਂ ਦੋ ਤਰ੍ਹਾਂ ਤਰ੍ਹਾਂ ਗੋਲੀਆਂ ਚਲਾ ਦਿੱਤੀਆਂ ਨੇ। ਜਦੋਂ ਆਈ ਆਈ ਲਾਗੇ ਹੋਏ ਆ, ਉਦੋਂ ਉਹਨੇ ਚਿਰ ਨੂੰ ਭੱਜ ਚੁੱਕੇ, ਮੈਂ ਟਾਂਗਾਂ ਲੈ ਭੱਜ ਗਈ ਆ। ਉਹਨੇ ਚਿਰ ਨੂੰ ਮੇਰੀ ਬੇਟੀ ਆਈ, ਉਹਨੇ ਹੱਥ ਪਾਇਆ, ਕੋਈ ਕਾਪੇ ਮਾਰੇ ਨੇ, ਕੋਈ ਗੋਲੀਆਂ ਮਾਰੀਆਂ ਨੇ। ਮੈਂ ਸਭ ਮੰਗਦੀ ਹਾਂ, ਮੇਰਾ ਬੇਟਾ ਇਸ ਟਾਈਮ 'ਤੇ ਨਾਜ਼ੁਕ ਦੱਸਿਆ ਜਾ ਰਿਹਾ ਹੈ, ਮੈਂ ਇਹ ਵਾਲੀ ਮੇਰੇ ਬੇਟੇ ਨੂੰ ਸਾਫ਼ ਦਵਾਇਆ ਜਾਵੇ, ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।